ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਗੱਡੀ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਜਸਵਿੰਦਰ ਨਾਮ ਦਾ ਵਿਅਕਤੀ ਆਪਣੇ ਮੁੰਡੇ ਅਤੇ ਨੂੰਹ ਨੂੰ ਹਸਪਤਾਲ ਲਿਜਾ ਰਿਹਾ ਸੀ। ਦੂਜੇ ਪਾਸੇ ਟਰੱਕ ਆਇਆ ਤੇ ਗੱਡੀ ਦੇ ਵਿੱਚ ਵੱਜਿਆ। ਹਾਦਸਾ ਇੰਨਾ ਕੁ ਭਿਆਨਕ ਸੀ ਕਿ ਗੱਡੀ ਦੇ ਵਿੱਚ ਲੋਕਾਂ ਨੂੰ ਕੱਢਣ ਲਈ 2 ਘੰਟੇ ਲੱਗ ਗਏ। ਦੇਖੋ ਆਖਿਰ ਕੀ ਹੋਇਆ। 12 ਵਜੇ ਇੱਥੇ ਮਾਲਪੁਰ ਰੋਡ ਦੇ ਵਿੱਚ ਐਕਸੀਡੈਂਟ ਬਹੁਤ ਬੁਰਾ ਹੋਇਆ ਆ ਜੀ, ਜਿਹਦੇ ਕਰਕੇ ਇੱਕ ਲੜਕੀ ਦੀ ਡੈਥ ਹੋ ਚੁੱਕੀ ਆ ਔਰ 3 ਬਹੁਤ ਗੰਭੀਰ ਘਾਇਲ ਹੋਏ ਆ, ਜੋ ਕਿ DC ਮਾਨਿਓ DC ਸਾਹਿਬ ਨੂੰ ਆਪਾਂ ਸ਼ਿਵਸਨ ਵੱਲੋਂ ਕਈ ਵਾਰ ਕਿਹਾ ਕਿ ਚੌਂਕਾਂ ਦੇ ਵਿੱਚ ਤੁਸੀਂ ਇੱਕ ਬ੍ਰੇਕਰ ਲਵਾਓ ਜਾਂ ਕੁਛ ਇੱਦਾਂ ਦੀ ਸੁਵਿਧਾਵਾਂ ਲਵਾਓ, ਪਰ ਉਹ ਕੋਈ ਇੱਦਾਂ ਦਾ ਕੀਤਾ ਨਹੀਂ ਆ। ਦੇਖੋ ਇੰਤਜ਼ਾਮ, ਕੁਛ ਦਿਨ 2-4 ਦਿਨ ਪਹਿਲਾਂ ਇੱਥੇ ਇੱਕ ਲਗਾਇਆ ਗਿਆ ਸੀ ਡੈਂਪ, ਉਹ ਵੀ ਟੁੱਟ ਗਿਆ ਜੋ ਕਿ ਦੁਆਰ ਵਿੱਚ ਲਗਾਇਆ ਨਹੀਂ ਗਿਆ। ਜੇਕਰ ਉਹ ਲਗਾਇਆ ਹੁੰਦਾ, ਜੇ ਉਹ ਪੱਟ ਕੇ ਨਾ ਰੱਖਿਆ ਹੁੰਦਾ ਤਾਂ ਸ਼ਾਇਦ ਟਰੱਕ ਵਾਲੇ ਇੱਥੇ ਨਾ ਲੰਘਦੇ। ਇਹਦੇ ਨਾਲ ਇੱਕ ਡੈਥ ਤਾਂ ਹੋਈ ਆ ਔਰ ਦੂਸਰੀ ਇੰਨਾ ਬੁਰਾ ਹਾਲ ਹੋਇਆ ਆ ਕਿ ਦੇਖੋ ਤੁਸੀਂ ਕੀ ਮੰਨ ਕੇ ਸਾਰੇ ਚੌਂਕਾਂ ਆ, ਚੌਂਕ ਨਹੀਂ ਆ ਜੀ, ਕਮਾਲਪੁਰ ਚੌਂਕ ਵੀ ਆ, ਹੋਰ ਵੀ ਸ਼ਿਮਲਾ ਭਾੜੀ ਚੌਂਕ, ਹੋਰ ਵੀ ਚੌਂਕ ਆ, ਜੋ ਕਿ ਹਰੇਕ ਚੌਂਕ ਦੇ ਵਿੱਚ ਇਹੀ ਹਾਦਸੇ ਹੋ ਰਹੇ ਆ। ਪਰ ਅੱਜ ਇੱਦਾਂ ਬੁਰਾ ਹਾਦਸਾ ਹੋਇਆ ਕਿ ਪ੍ਰਸ਼ਾਸਨ ਵੀ ਅੱਜ ਪੂਰਾ ਹੈਗਾ ਇੱਥੇ, ਉਹਨਾਂ ਨੂੰ ਦੇਖਣਾ ਚਾਹੀਦਾ ਆ ਕਿੱਥੇ। ਸਦਰ ਚੌਂਕ ਦੇ ਵਿੱਚ ਚੰਡੀਗੜ੍ਹ ਬਾਈਪਾਸ ਤੋਂ ਟਰੱਕ ਆ ਰਿਹਾ ਸੀਗਾ, ਉਹਨੂੰ ਲਾਈਟਾਂ ਦੇ ਉੱਤੇ ਡੁੱਬਿਆ ਸੀ ਅਤੇ ਉਹਨੇ ਜਿਹੜੀ ਇਨੋਵਾ ਗੱਡੀ ਹੈ ਉਹ ਬਜਵਾੜਾ ਸਾਹਿਬ ਤੋਂ ਆ ਰਹੀ ਸੀ, ਉਹਦੇ ਵਿੱਚ ਮਾਰੀ ਉਹਨਾਂ ਐਕਸੀਡੈਂਟ ਹੋਇਆ। ਕਿੰਨੇ ਫੱਟੜ ਹੋਏ ਇਨੋਵਾ ਵਾਲੇ 3 ਸੀਗੇ ਸਵਾਰ, ਉਹਨਾਂ ਵਿੱਚ 1 ਦੀ ਡੈਥ ਹੋਈ ਹੈ, 2 ਹੀ ਬੜੀ ਜਦੋਜਹਦ ਕਰਕੇ ਟ੍ਰੇਨਾਂ ਮੰਗਾ ਕੇ ਔਰ ਪਬਲਿਕ ਦੇ ਨਾਲ ਰਲ ਕੇ ਹੀ ਇਹਨਾਂ ਨੂੰ ਬਾਹਰ ਕੱਢ ਕੇ ਅੱਜ ਤਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਤਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।